हेलो गाइस, तुहाडा स्वागत सर न्यू वीडियो विच। आज आप एक होर बेहतरीन सॉन्ग लेके आए हाँ। ये मतलब ना हुने हुने मतलब रिलीज किया डिवाइन डिवाइन आ रैपर है इंडिया का, बड़ा वधिया रैपर है। तो उन्होंने ना पहला सिद्धू मूसेवाले ने कलैबोरेट किया सॉन्ग, तो पहला पहला किया मतलब अज तो मतलब लगा साल दो साल पहला। अच्छा हाई उन्होंने ऑफिशियली रिलीज करना सी सॉन्ग, सो उस तो पहला हो गया सिद्धू मूसेवाले जो हुआ माड़ा काम होया, मतलब जो हुआ उन्होंने मर्डर हो गया सी, उसके कारण उन्होंने रिलीज नहीं किया सी। सो गाना होल्ड पे सी। अच्छा सो हुण उन्होंने ना उन्होंने फादर साहब तो परमिशन लैके हुण उन्होंने मतलब किया कि आप लॉन्च करांगे। सो उन्होंने अपनी एक लाइव कॉन्सर्ट विच गाना प्ले किया। सो गाना बहुत वधिया वा, मतलब सुनिया मैं, मतलब मैं सुनिया नहीं आ, मतलब दे लोका दे सुनिया कहिंदे बहुत अच्छा वा। सो अज आपां उस ते करांगे रिएक्ट। सो रेडी हो तुसीं? मैं रेडी हाँ, बट अच्छा पहला दा बनिया पिया सी। पहला दा बनिया पिया सी सॉन्ग। अच्छा ते परमिशन दे नाल उन रिलीज़ कीता। मतलब वो भी ऐ नहीं है कि मतलब बहुत वधिया तरीके नाल गाया गया वा, वो जस्ट जिदा रफली उन्होंने रिकॉर्ड कीता सी। रिकॉर्ड कीता सी मतलब चंगी तरह प्रॉपरली रिकॉर्ड भी नहीं हुआ सी गाना, जस्ट ओदे उन्होंने क्लिप एक रिकॉर्ड करके रखा हुआ सी कि मेरे गाने विच की लाइंस होगी। मुझे लगता है उन्हें डिवाइन नु भेजी होनी है कि मेरे एंड तो आ गाना होगा, तुसी अपने एंड तो देख लियो अच्छा उस हिसाब ना। तो हुण ना जब करांगे रिव्यू आज देखते हैं बाकी अच्छा अच्छा जो लाइव कॉन्सर्ट है। अच्छा इतने दोनों ने है आपने बहुत शुक्र गुजार है, मैं काम करने का मौका मिले अपना। ऐसा लगता है ना आऊगा स्टेज पे, काश रियल से होता है ना। ਕਹਿੰਦਾ ਮਤਲਬ ਬੋਮਬੇ ਦੀ ਸੜਕਾਂ ਉੱਤੇ ਹੁਣ ਭੱਜ ਰਿਹਾ 9-11, ਮੇਰੇ ਨਾਮ ਤੋਂ ਕੰਮ ਰਹੀ ਆ ਸਰਕਾਰਾਂ, ਅੱਗ ਲਾਈ ਆ ਨੇਰਾ ਤਬਾਹੀ ਆ, ਨੇਰੇ ਅੱਖਰਾਂ ਦੇ ਵਿੱਚ ਕਹੇ ਮੁੰਡਾ ਏ ਬਸ ਤਬਾਹੀ ਆ, ਤੇ ਉਹੀ ਆ ਜੋ ਰਿਹਾ ਮੁੰਡਾ ਪੈੜ ਆਏ ਜੱਟ ਚੜ ਆਏ। ਇਸ ਲਈ ਪੰਜਾਬ ਤੋਂ ਹੋਰ ਨੀ ਕੋਈ, ਸਿੱਧੂ ਮੂਸੇਵਾਲਾ ਬਾਈ ਆ ਹੁਣ ਗਾਣੇ 'ਚ ਮਤਲਬ ਆਹ ਗੱਲ ਲਿਖੀ, ਮਤਲਬ ਬੜਾ ਵਧੀਆ ਲੱਗਾ। ਸੋ ਹੁਣ ਉਹਦੀਆਂ ਗੱਲਾਂ ਸੱਚ ਹੀ ਸੀ। ਸੋ ਹੁਣ ਆਪਾਂ ਨਾ ਇਹਨੂੰ ਦੁਬਾਰਾ ਰਿਵਾਈਂਡ ਕਰਕੇ ਦੇਖਦੇ, ਮੈਨੂੰ ਬੜਾ ਅੱਛਾ ਲੱਗਾ। ਮੇਰੇ ਤਾਂ ਨਾ ਇੱਦਾਂ ਮਤਲਬ ਰੋਂਗ ਜਿੱਦਾਂ ਕਹਿੰਦੇ ਗੂਜ਼ਬੰਪ ਇੱਦਾਂ ਦੇਖ ਕੇ ਨਾ ਮਤਲਬ ਰੀਅਲ 'ਚ ਆ ਗਿਆ ਜਿੱਦਾਂ ਨਾ। ਸੋ ਇੱਦਾਂ ਲੱਗਦਾ ਜਿੱਦਾਂ ਉਹਨੇ ਅਨਾਊਂਸ ਕੀਤਾ ਕਿ ਸਟੇਜ 'ਤੇ ਮਤਲਬ ਆਊਗਾ, ਮੈਨੂੰ ਲੱਗਾ ਹੀ ਆਊਗਾ ਸਿੱਧੂ ਮੂਸੇਵਾਲਾ, ਸੀਰੀਅਸਲੀ ਬਹੁਤ ਅੱਛਾ। ਸੋ ਆ ਜਾਓ ਕਰੀ ਫਿਰ ਦੇਖਦੇ ਹਾਂ। ਫੈਨ ਦੀ ਤਾਂ ਕੋਈ ਕਮੀ ਨਹੀਂ ਸਿੱਧੂ ਦੇ ਵੈਸੇ। ਰੀਅਲ ਚ ਹੁੰਦਾ ਜਾ Yeah.
ਬੜਾ ਸਹੀ ਨਾ ਮਤਲਬ ਇਕਦਮ ਹੀ ਮਤਲਬ ਜਿੱਦਾਂ ਕਹਿੰਦੇ ਨਾ ਗਾਣੇ 'ਚ ਪਾਵਰ ਸੀ ਜਿੱਦਾਂ ਮਤਲਬ ਲਿਰਿਕਸ ਸੀ ਉਹ ਟੈਨਸ਼ਨਾਂ 'ਚ ਪਈਆਂ ਨੇ ਸਰਕਾਰਾਂ ਮੁੰਡਾ ਅੱਗ ਲਾਈ ਆ ਨਿਰਤ ਬਾਈ ਆ ਕਿਆ ਬਾਤ ਹੈ ਮਤਲਬ ਲਿਰਿਕਸ ਨਾ ਬਿਲਕੁਲ ਇੱਦਾਂ ਲੱਗ ਰਿਹਾ ਪਾਵਰਫੁੱਲ ਹੈ ਤਾਂ ਜਾਨ ਆ ਗਾਣੇ ਵਿੱਚ ਸੀਰੀਅਸ ਯਾਰ ਬੜਾ ਵਧੀਆ ਲੱਗਦਾ ਮਤਲਬ ਜਿੱਦਾਂ ਕਹਿੰਦੇ ਨਾ ਜਿੱਦਾਂ ਆਹ ਗਾਣੇ ਲਿਖ ਰਹੇ ਕੋਈ ਲਿਖ ਨਹੀਂ ਸਕਦਾ ਕੋਈ ਨਹੀਂ ਨਾ 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 ਇੱਕ ਪਾਵਰ ਇੱਕ ਐਨਰਜੀ ਉੱਪਰੋਂ ਜੋਸ਼ ਮਤਲਬ ਸਿਰ ਸਿਰਾ ਹੀ ਰੱਖਣਾ ਮਤਲਬ ਬਹੁਤ ਸਹੀ ਮਜ਼ਾ ਆ ਗਿਆ ਸੁਣ ਕੇ ਬਾਕੀ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਾ ਮੈਂ ਤਾਂ ਨਾ ਦੇਖ ਕੇ ਮਤਲਬ ਜਿੱਦਾਂ ਸਟੇਜ 'ਤੇ ਆਇਆ ਨਾ ਸਿੱਧੂ ਇੱਦਾਂ ਲੱਗਦਾ ਰੀਜਨਲ ਹੀ ਹੈ ਕਾਸ਼ ਰੀਜਨਲ ਹੁੰਦਾ ਅਤੇ ਮਤਲਬ ਦਿਮਾਗ ਨਾ ਹੋਰ ਹੀ ਪਾਸੇ ਚਲਾ ਜਾਂਦਾ ਫਿਰ ਜਿੱਦਾਂ ਉਹਨੇ ਅਨਾਊਂਸ ਕੀਤਾ ਇੱਦਾਂ ਲੱਗਾ ਸੀ ਕਿ ਓਰੀਜਨਲ ਆਊਗਾ ਸਾਹਮਣੇ ਅਤੇ ਮਤਲਬ ਦਿਮਾਗ ਵੀ ਹੋਰ ਪਾਸੇ ਚਲ ਜਾਂਦਾ ਵੀ ਕੀ ਉਹਨਾਂ ਮਾੜੀ ਹੋ ਗਈ ਵਿਚਾਰੇ ਨਾਲ ਹੈ ਨਾ ਜੋ ਉਹਦੇ ਗਾਣੇ 'ਚ ਰਿਐਲਿਟੀ ਸੀ ਜੋ ਦੇਖੋ ਅੱਜ ਕੱਲ੍ਹ ਜੋ ਚੱਲ ਰਿਹਾ ਹੈਗਾ ਗਾਣੇ ਉਹਦੀਆਂ ਹਰ ਇੱਕ ਗੱਲਾਂ ਲਾਈਨਾਂ ਬੋਲ ਸਭ ਸੱਚ ਹੈ ਸਭ ਸੱਚ ਹੋ ਰਿਹਾ ਅਤੇ ਜੇ ਕਿਤੇ ਹੁਣ ਜਿਉਂ ਦੇ ਜੀ ਆਪਣੇ ਗਾਣੇ ਨੂੰ ਮਤਲਬ ਰਿਲੀਜ਼ ਕਰਦਾ ਉਹ ਗੱਲ ਹੀ ਵੱਖਰੀ ਸੀ ਅਤੇ ਮੇਰਾ ਤਾਂ ਨਾ ਬਹੁਤ ਸੱਚੀ ਕੋਈ ਵਰਡ ਹੀ ਹੈ ਨਹੀਂ ਗੇ ਸਿੱਧੂ ਮੂਸੇ ਵਾਲੇ ਲਈ ਕਹਿਣ ਲਈ ਤਾਂ ਗਾਣੇ ਤਾਂ ਇੱਕ ਤੋਂ ਇੱਕ ਟੌਪ ਦੇ ਗਾਣੇ ਆ ਸੋ ਮੈਨੂੰ ਤਾਂ ਆਪ ਵੈਸੇ ਬਹੁਤ ਵਧੀਆ ਲੱਗਾ ਬਹੁਤ ਅੱਛਾ ਲੱਗਾ ਹਾਂ ਗਾਣਾ ਤਾਂ ਬਹੁਤ ਅੱਛਾ ਸੀ ਬਾਕੀ ਬੜਾ ਵਧੀਆ ਸੌਂਗ ਆ ਤੁਸੀਂ ਵੀ ਦੇਖੋ ਸ਼ੇਅਰ ਕਰੋ ਸ਼ੇਅਰ ਵੀ ਕਰੋ ਲਾਈਕ ਕਮੈਂਟ ਵੀ ਕਰੋ ਸਾਨੂੰ ਬਟ ਇਹ ਗਾਣਾ ਸਿੱਧੂ ਦੇ ਪੇਰੈਂਟਸ ਲਈ ਵੀ ਸਪੋਰਟ ਕਰੋ ਐਂਡ ਜਸਟ ਇਸ ਲਈ ਖੜੇ ਹੋ ਉਹਨਾਂ ਦੀ ਹੁਣ ਇੱਕ ਦੋ ਦਿਨ ਪਹਿਲਾਂ ਬਰਸੀ ਸੀ ਸੋ ਹੁਣ ਇੱਦਾਂ ਹੀ ਉਹਦੇ ਪੇਰੈਂਟਸ ਸਪੋਰਟ ਮੰਗ ਰਹੇ ਆ ਸਾਰੇ ਜਾ ਕੇ ਸਪੋਰਟ ਕਰੋ ਸੋ ਕਹਿੰਦੇ ਅਸੀਂ ਵੀ ਜਾਣਾ ਸੀ ਸੋਚ ਰਹੇ ਸੀ ਬਟ ਮਾਹੌਲ ਹੀ ਖਰਾਬ ਬੜਾ ਹੋ ਗਿਆ ਨਾ ਚਲੋ ਕੋਈ ਨਾ ਬਾਕੀ ਮਿਲਦੀ ਹੈ ਨੈਕਸਟ ਵੀਡੀਓ 'ਚ ਬਾਏ ਬਾਏ ਟੇਕ ਕੇਅਰ